ਸਿੰਘ ਸਾਹਿਬ ਤੁਸੀਂ ਬਠਿੰਡਾ ਤੋਂ ਹੈਗੇ ਹੋ ਜੀ, ਤੁਹਾਡੀ ਲਾਈਫ ਦੇ ਵਿੱਚ ਇੱਦਾਂ ਕੀ ਹੋਇਆ ਕਿ ਤੁਸੀਂ ਇੱਥੇ ਆ ਗਏ? ਮੈਂ ਹੈਂਡੀਕੈਪਟਾ ਜੀ, ਮੇਰੀ ਲੱਤ ਕੱਟੀ ਗਈ। ਲੱਤ ਕੱਟੀ ਗਈ? ਹਾਂ ਜੀ, ਮੈਂ ਚਲਦੀ ਟ੍ਰੇਨ ਚੜ੍ਹਨ ਲੱਗਾ ਸੀਗਾ। ਓਹੋ, ਅੱਖ, ਲੱਤ, ਇਹ ਪੈਰ ਦਾ ਅੰਗੂਠਾ ਜੀ, ਮੇਰੇ ਖਿੱਚੇ ਖਿੱਚੇ ਵੀ ਗੱਡੀ ਅੰਗੂਠਾ ਲੈ ਗਈ। ਇਹ ਕਿਹੜੇ ਸੰਨ ਦੀ ਗੱਲ ਹੈ, ਕਿੱਦਾਂ ਹੋਇਆ ਇਹ? ਮੈਂ ਜੀ ਚਲਦੀ ਟ੍ਰੇਨ ਚੜ੍ਹਨ ਲੱਗੇ ਸੰਘ ਦੀ ਮੰਡੀ ਤੋਂ। ਅੱਛਾ, ਚਲਦੀ ਟ੍ਰੇਨ ਚੜ੍ਹਨ ਲੱਗੇ ਸੰਘ ਦੀ ਮੰਡੀ ਤੋਂ। ਫਿਰ ਕੀ ਹੋਇਆ, ਪੈਰ ਸਲਿਪ ਹੋ ਗਿਆ, ਕੀ ਹੋਇਆ? ਅਤੇ ਮੇਰੇ ਤੋਂ ਚੜ੍ਹਿਆ ਨਹੀਂ ਗਿਆ ਜੀ, ਉਹ ਪਾਈਪ ਨੂੰ ਲੰਘ ਗਿਆ। ਓਹੋ, ਉਹ ਪਾਈਪ ਨੂੰ ਲੰਘ ਗਿਆ, ਮੈਂ ਬਹੁਤ ਆਵਾਜ਼ਾਂ ਵੀ ਬਹੁਤ ਮਾਰੀਆਂ, ਮੈਂ ਹੱਲਾ ਬਹੁਤ ਕੀਤਾ, ਲੇਕਿਨ ਮੇਰੀ ਕਿਸੇ ਨੇ ਸੁਣੀ ਨਹੀਂ। ਰਾਤ ਦਾ ਟਾਈਮ ਸੀ। ਅੰਦਰੋਂ ਕਿਸੇ ਨੇ ਖਿੱਚਿਆ ਨਹੀਂ ਤੁਹਾਨੂੰ? ਨਾ ਜੀ, ਕਿਸੇ ਨੇ ਵੀ ਕੋਈ, ਮਤਲਬ ਕੋਈ ਆਇਆ ਨਹੀਂ ਹੈਲਪ ਵਾਸਤੇ। ਓਹੋ, ਤਾਂ ਉਹ ਫਿਰ ਸੱਜਾ ਛੁੱਟ ਗਿਆ ਜੀ ਹੱਥ ਪਾਈਪ ਤੋਂ, ਉਹ ਲੱਤ ਵੀ ਸਿੱਝ ਗਈ ਨਾਲ ਦੀ ਨਾਲ, ਗੱਡੀਆਂ ਲਾਤ ਵੀ ਕਜਾਂ ਗੂ, ਮੇਰੇ ਦੂਜੇ ਪੈਰ ਵੀ ਖਿੱਚੇ ਖਿੱਚੇ ਗੱਡੀ ਅੰਗੂਠਾ ਲੈ ਗਈ। ਆਏ ਹਾਏ, ਇਹ ਸਟੇਸ਼ਨ ਸਟੇਸ਼ਨ 'ਤੇ ਹੋਈ ਸੀ? ਹਾਂਜੀ ਹਾਂਜੀ, ਅਤੇ ਸਟੇਸ਼ਨ ਤੋਂ ਕਾਫੀ ਕਿਲੋਮੀਟਰ ਅੱਗੇ ਚਲਾ ਗਿਆ ਸੀ ਮੈਂ, ਫਾਟਕ ਦੇ ਉੱਤੇ ਗਿਆ, ਮੈਨੂੰ ਉੱਥੇ ਆਰ ਪੀ ਐੱਫ ਪੁਲਿਸ ਨੇ ਚੱਕਿਆ ਜੀ, ਅਤੇ ਹਨੂੰਮਾਨਗੜ੍ਹ ਟਾਊਨ ਦੇ ਵਿੱਚ ਮੈਨੂੰ ਸਰਕਾਰੀ ਹੋਸਪਿਟਲ ਵਿੱਚ ਭਰਤੀ ਕੀਤਾ, 6-7 ਮਹੀਨੇ ਰਿਹਾ ਜੀ ਮੈਂ। ਅਤੇ ਸਾਡੇ ਵੱਡੇ ਭਰਾ ਨੇ ਸਾਡੇ ਦੇ ਵਰਫਕਾਰ ਤੱਕ ਕਰਨਾ ਗਿਆ ਸਾ, ਉਹਨੇ ਉਲਟਾ ਮੇਰੀ ਜਿਹੜੀ ਮਾਂ ਪਿਓ ਨੂੰ ਥਾਂ ਦੇ ਗਏ ਸੀਗੇ 100 ਗਜ਼ ਦਾ ਪਲਾਟ ਬਠਿੰਡੇ ਸ਼ਹਿਰ ਦੇ ਵਿੱਚ, ਉਹਨੇ ਉੱਤੋਂ ਕਬਜ਼ਾ ਕਰ ਲਿਆ। ਦੇਖੋ ਕਿੱਡੀ ਮਾੜੀ ਗੱਲ ਹੈ ਨਾ, ਪਹਿਲਾਂ ਤਾਂ ਉਹਨਾਂ ਤੁਹਾਨੂੰ ਸਪੋਰਟ ਕਰਨਾ ਚਾਹੀਦਾ ਸੀਗਾ ਜੀ, ਇੱਦਾਂ ਹੋ ਗਿਆ, ਅਤੇ ਤੁਹਾਡੀ ਮਜਬੂਰੀ ਤਾਂ ਉਹਨੇ ਉਹਨੇ ਨਜਾਇਫਾ ਉਠਾਇਆ ਜੀ ਉਹਨੇ। ਤੁਸੀਂ ਉਸ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਵੈਸੇ? ਮੈਂ ਬੱਸਾਂ 'ਚ ਦਵਾਈ ਵੇਚੀ ਜੀ, ਬਣਾ ਕੇ ਆਪਦੀ ਦਵਾਈ ਵੇਚਦਾ ਸੀਗਾ, ਦੇਸੀ ਦਵਾਈ। ਦੇਸੀ, ਤੁਸੀਂ ਦਵਾਈ ਆਪ ਹੀ ਬਣਾਉਂਦੇ ਸੀ? ਉਹ ਹਾਂਜੀ, ਆਪ ਬਣਾਉਂਦੇ ਸੀ। ਕਿਸ ਚੀਜ਼ ਦੀ ਦਵਾਈ ਸੀਗੀ? ਦੰਦਾਂ ਦਾ ਮੰਜਨ ਜੀ ਜੀ, ਅੱਖਾਂ ਦਾ ਸੁਰਮਾ। ਓਕੇ, ਹੋਰ ਵੀ ਕਈ ਜਿਹੜਾ ਇਲਾਜ ਕਰ ਲੈਣੇ ਹੈਗੇ। ਅਤੇ ਉਸ ਦਿਨ ਫਿਰ ਤੁਸੀਂ ਲੇਟ ਕਿੱਦਾਂ ਹੋ ਗਏ ਰਾਤ ਨੂੰ? ਅਸੀਂ ਸੱਚੀ ਗੱਲ ਕਰੀਏ, ਅਸੀਂ ਉਸ ਟਾਈਮ ਖੁੱਲ੍ਹੇ ਡਰਿੰਕਰ ਸੀਗੇ। ਅੱਛਾ, ਜੇ ਅਸੀਂ ਕਹੀਏ ਵੀ ਸਾਡੀ ਭਗਵਾਨ ਨਹੀਂ ਕਰਦਾ, ਨਹੀਂ, ਅਸੀਂ ਖੁੱਲ੍ਹੇ ਡਰਿੰਕਰ ਸੀ, ਸਾਨੂੰ ਇਹ ਕੋਸ਼ਿਸ਼ ਕਰਨੀ ਨਹੀਂ ਚਾਹੀਦੀ ਸੀ। ਓਕੇ, ਸਾਨੂੰ ਕੋਸ਼ਿਸ਼ ਕੀਤੀ ਅਤੇ ਗਲਤ ਹੋਇਆ ਸਾਡੇ ਨਾਲ, ਉਹ ਡਰਿੰਕ ਕਰਨ ਹਿੰਮਤ ਆ ਗਈ। ਹਾਂਜੀ ਹਾਂਜੀ, ਬਸ ਅਸੀਂ ਆਪ ਨੂੰ ਇਹ ਕਰੀ ਭਗਵਾਨ ਨੇ ਕਰਤਾ, ਅਸੀਂ ਖੁੱਲ੍ਹ ਹੋਸ਼ੀ ਆ, ਅਸੀਂ ਅਗਰ ਅਸੀਂ ਖਤਮ ਵਿੱਚ ਨਾ ਹੁੰਦੇ ਤਾਂ ਐਸਾ ਨਹੀਂ ਹੋਣਾ ਸਾਡਾ। ਜੇ ਹੋਸ਼ ਦੇ ਵਿੱਚ ਹੁੰਦੇ ਤਾਂ ਨਹੀਂ ਟ੍ਰੇਨ ਫੜਦੇ ਨਾ? ਹਾਂਜੀ, ਅਤੇ ਐਸਾ ਨਹੀਂ ਹੋਣਾ ਸੀਗਾ। ਗੱਲ ਤਾਂ ਠੀਕ ਹੈ ਤੁਹਾਡੀ, ਹਾਂਜੀ, ਕਿਉਂਕਿ ਅਸੀਂ ਮਾਰੇ ਬਾਣੀ ਪੜ੍ਹਦੇ ਹਾਂ, ਸੱਚੀ ਬੋਲਾਂਗੇ, ਸਹੀ ਗੱਲ। ਬਾਕੀ ਅਸੀਂ ਇਸ ਜੂੰ ਇਸ ਆਸ਼ਰਮ ਵਿੱਚ ਆਏਗੇ ਤਾਂ ਅਸੀਂ ਇਹ ਗੱਲ ਕਹਾਂਗੇ, ਜੋ ਸਾਡੇ ਅੰਕਲ ਜੀ ਹੈ, ਸਾਨੂੰ ਇੱਕ ਮਾਂ ਬਾਪ ਦੀ ਤਰ੍ਹਾਂ ਇੱਕ ਪ੍ਰੇਮ। ਉਹ ਤਾਂ ਮੈਂ ਦੇਖਦਾ ਜੀ, ਬਹੁਤ ਮਤਲਬ ਰਾਤੀ ਡੋਲੀ ਸੀ, ਦੇਖੋ ਜੀ, ਉਹਨਾਂ ਨੇ ਇੱਥੇ ਆ ਕੇ ਪਟਾਕੇ ਚਲਾਏ, ਉਹਨਾਂ ਨੇ ਸਾਡੇ ਪਰਿਵਾਰ ਨੂੰ ਲੈ ਕੇ ਨਾਲ, ਛੋਟੇ ਬੱਚਿਆਂ ਨੂੰ ਨਾਲ ਲੈ ਕੇ, ਮਤਲਬ ਸਾਡੀ ਮਨ ਆਤਮਾ ਇੰਨੀ ਖੁਸ਼ ਹੋਈ ਵੀ ਹੱਦੋਂ ਜ਼ਿਆਦਾ। ਮੈਂ ਕਿਹਾ ਮੋਈ ਬਣਾ ਸਗੋਂ ਹੀ ਪਰਿਵਾਰ ਹੈ ਗੱਲ ਹੈ। ਅੱਛਾ, ਜਦੋਂ ਇਹ ਘਟਨਾ ਹੋਈ ਸੀਗੀ, ਤੁਹਾਡਾ ਐਕਸੀਡੈਂਟ ਹੋਇਆ ਸੀਗਾ, ਉਸ ਤੋਂ ਬਾਅਦ ਫਿਰ ਤੁਹਾਡੀ ਲਾਈਫ ਕਿੱਦਾਂ ਚੱਲੀ ਅੱਗੇ? ਉਸ ਤੋਂ ਬਾਅਦ ਸਾਡੀ ਲਾਈਫ ਇੱਕ ਫਟੀਚਰ ਹਾਲਤ ਹੋਈ ਗਈ, ਹੋ ਗਈ ਜੀ, ਕੋਈ ਵੀ ਪੁੱਛਦਾ ਨਹੀਂ ਸੀਗਾ, ਜੇ ਕਿਸੇ ਨੇ ਦੇਤਾ ਤਾਂ ਖਾ ਲੈਣਾ, ਮੰਗਣਾ ਕਿਸੇ ਨੂੰ ਨਹੀਂ ਗਾ, ਸਿਰਫ ਕੇਵਲ ਅਤੇ ਕੇਵਲ ਸਿਰਫ ਬਾਣੀ ਦਾ ਜਾਪ ਕਰਨਾ ਹੈਗਾ, ਉਹ ਪਰਮੇਸ਼ਰ ਨੇ ਉਹ ਬਾਣੀ ਦੇ ਜਾਪ ਸਾਨੂੰ ਬਾਣੀ ਕੰਠ ਹੈ, ਕਿਸੇ ਵੀ ਗੱਲ ਦੀ ਕਮੀ ਆਣਤੀ ਸਾਨੂੰ ਉਹ ਬਾਣੀ ਸ਼ਬਦ ਨੇ। ਅਤੇ ਪਰਿਵਾਰ ਵੱਲੋਂ ਫਿਰ? ਪਰਿਵਾਰ ਵੱਲੋਂ ਜੀ ਮੇਰੀਆਂ ਦੋ ਹੀ ਭੈਣਾਂ ਰਹਿਗੀਆਂ, ਦੋ ਹੀ ਭਰਾ ਹੈਗੇ, ਇਹ ਜਿਹੜਾ ਮੇਰੇ ਤੋਂ ਵੱਡਾ ਅਤੇ ਦੋ ਹੀ ਭੈਣਾਂ ਹੈਗੀਆਂ, ਇੱਕ ਭੈਣ ਮੇਰੇ ਤੋਂ ਛੋਟੀ ਹੈ ਬਲੋਟ, ਉਹਦੇ ਕੋਲ ਜਾ ਵੜਦੇ ਸੀ ਇਸ ਟਾਈਮ 'ਤੇ, ਲੇਕਿਨ ਉਹ ਤਾਂ ਵੀ ਹੁਣ ਜਾਣ ਜੀ ਨਹੀਂ ਕਰਦਾ ਹੈਗਾ, ਕਿਉਂ ਜੇ ਆਸ਼ਰਮ ਵਿੱਚ ਬੈਠੇ ਹੈਗੇ, ਮਜਬੂਰੀ ਹੁੰਦੀ। ਹਾਂਜੀ, ਗੱਲ ਤਾਂ ਠੀਕ, ਉਹ ਸਾਡਾ ਜਿਹੜਾ ਭਣੋਈਆ ਜੀ ਉਹ ਤੋਂ ਕੁਛ ਹੋਰ ਸਾਹਿਬ ਦਾ, ਉਹ ਤਾਂ ਫਿਰ ਉਸ ਭੈਣ ਕੋਲ ਜਾਣ ਜੀ ਨਹੀਂ ਕਰਦਾ ਹੈਗਾ। ਨਹੀਂ, ਠੀਕ ਹੈ ਤੁਹਾਡੀ ਗੱਲ। ਅਤੇ ਵੱਡੇ ਭਰਾ ਨੇ ਫਿਰ ਤੁਹਾਡਾ? ਹਾਂਜੀ, ਵੱਡੇ ਭਰਾ ਨੇ ਨੁਕਸਾਨ ਕੀਤਾ। ਹਾਂਜੀ, ਤੁਹਾਡੀ ਜ਼ਮੀਨ ਲੈ ਲਈ, ਅਸੀਂ ਉੱਤੇ ਐਕਸ਼ਨ ਕੋਈ ਨਹੀਂ ਲਿਆ ਕੋਈ ਵੀ, ਮੈਂ ਹੈਂਡੀਕੈਪ ਸੀ, ਮੇਰਾ ਐਕਸ਼ਨ ਲੱਸਾ ਸੀਗਾ, ਲੇਕਿਨ ਮੈਂ ਕਰਨਾ ਨਹੀਂ ਮਨਾ, ਸਾਡਾ ਕਰੂ ਜਿਹੜਾ ਜੁੜਿਆ ਹੈਗਾ ਅਸੀਂ ਤਾਂ ਬਣਾ ਹੀ ਨਹੀਂ ਕਰ, ਇਹਦਾ ਕਰੂ ਜਿਹੜੀ ਅਸੀਂ ਕੋਈ ਐਕਸ਼ਨ ਨਹੀਂ ਲਿਆ ਮੈਂ ਉੱਤੇ। ਜਾਂ ਤੁਸੀਂ ਜਦੋਂ ਤੁਹਾਡਾ ਐਕਸੀਡੈਂਟ ਹੋਇਆ ਸੀ, ਤੁਹਾਡੀ ਉਮਰ ਕੀ ਸੀ ਉਸ ਟਾਈਮ? ਯੰਗ ਏਜ ਸੀ ਮੈਂ, 25 ਸਾਲ ਸੀਗਾ। ਅੱਛਾ, ਤੁਹਾਡਾ ਵਿਆਹ ਵਗੈਰਾ ਨਹੀਂ ਹੋਇਆ ਸੀ? ਨਹੀਂ, ਜੇ ਵਿਆਹ ਹੋਇਆ ਹੁੰਦਾ ਤਾਂ ਤੁਹਾਡੀ ਵਾਈਫ ਲੜਕੇ ਸੇਵਾ ਕਰਦੀ ਮੈਨੂੰ ਲੱਗਦਾ, ਹੈ ਨਾ, ਹੁੰਦਾ ਤਾਂ ਇੱਦਾਂ ਹੀ ਹੈ। ਦੇਖੋ, ਪਰਿਵਾਰ ਤਾਂ ਹੀ ਹੁੰਦਾ ਕਿ ਜਦੋਂ ਕਦੇ ਇੱਕ ਨੂੰ ਮੁਸੀਬਤ ਆਵੇ ਦੂਜਾ ਸਹਾਰਾ ਬਣ ਜਾਵੇ।
ਜਿਸ ਟਾਈਮ ਕਿਤੇ ਵਿਆਹ ਹੋਇਆ ਹੁੰਦਾ ਅਤੇ ਅੱਜ ਪਰ ਹੁਣ ਵੀ ਕੋਈ ਘਾਟਾ ਨਹੀਂ ਹੈ ਹੁਣ ਵੀ ਤੁਹਾਡੀ ਸੇਵਾ ਚੰਗੀ ਹੋ ਰਹੀ ਹੈ ਇੱਥੇ ਇਹ ਪਰਿਵਾਰ ਹੀ ਹੈ ਤੁਹਾਡਾ ਹਾਂਜੀ ਅਸੀਂ ਪਰਿਵਾਰ ਸਮਝੀਏ ਜੀ ਅਸੀਂ ਅੰਕਲ ਜੀ ਨੂੰ ਅਸੀਂ ਮਾਂ ਬਾਪ ਸਮਝੀਏ ਅਸੀਂ ਇਹਨਾਂ ਨੂੰ ਹੁਣ ਤੁਹਾਡੀ ਕੀ ਇੱਛਾ ਅੱਗੇ ਵਾਸਤੇ ਕੀ ਕਰਨਾ ਹੁਣ ਤੁਹਾਡੀ ਇੱਛਾ ਅੱਗੇ ਵਾਸਤੇ ਕੀ ਹੈ ਤੁਸੀਂ ਕੀ ਕਰਨਾ ਚਾਹੁੰਦੇ ਹੋ ਅਸੀਂ ਸਾਡੀ ਇੱਛਾ ਹੀ ਹੈ ਜੀ ਅਸਲ ਮੇਨ ਤੁਹਾਡੀ ਕੋਈ ਕੇਵਲ ਤੇ ਕੋਈ ਬੋਲ ਗਈ ਹੈ ਕੇਵਲ ਉਹ ਈਸ਼ਵਰ ਦਾ ਭੁਗਤ ਜਾਣਾ ਚਾਹੁੰਦੇ ਹੈਗੇ ਅੱਠੋ ਪੈਰ ਦਾ ਬਸ ਹੋਰ ਸਾਨੂੰ ਕੁਛ ਨਹੀਂ ਮਿਲਦਾ ਕੋਈ ਸਾਨੂੰ ਕੁਛ ਕੋਈ ਕਿਸੇ ਦੀ ਲੋੜ ਨਹੀਂ ਹੈਗੀ ਕੋਈ ਭਗਵਾਨ ਦਾ ਭਜਨ ਹੋਣਾ ਚਾਹੀਦਾ ਬਸ ਤੁਹਾਡੀ ਜ਼ਿੰਦਗੀ ਦਾ ਜੋ ਐਕਸਪੀਰੀਅੰਸ ਹੈ ਜੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀ ਵੀ ਦੇਖੀ ਹੈ ਹਾਂਜੀ ਪੈਸਾ ਵੀ ਦੇਖਿਆ ਜੀ ਦੁੱਖ ਵੀ ਦੇਖਿਆ ਅਤੇ ਆਪਣਿਆਂ ਦਾ ਤਿਰਸਕਾਰ ਵੀ ਦੇਖਿਆ ਜੀ ਗੈਰਾਂ ਦਾ ਆਪਣਾਪਨ ਵੀ ਦੇਖਿਆ ਹਾਂਜੀ ਹਾਂਜੀ ਇਹ ਸਭ ਕੁਛ ਦੇਖਦੇ ਹੋਏ ਤੁਸੀਂ ਕੀ ਨਿਚੋੜ ਕੱਢਦੇ ਹੋ ਜ਼ਿੰਦਗੀ ਕੀ ਹੈ ਤੁਹਾਡੀ ਜ਼ਿੰਦਗੀ ਕੀ ਹੋਈ ਬਣਿਆ ਕੀ ਆਪਣੀ ਜ਼ਿੰਦਗੀ ਦਾ ਅਸੀਂ ਤਾਂ ਜੀ ਇਹ ਗੱਲ ਕਹਾਂਗੇ ਜ਼ਿੰਦਗੀ ਜੋ ਹੈ ਇੱਕ ਸੰਘਰਸ਼ ਹੈ ਜਿਹੜਾ ਕਿ ਸਾਨੂੰ ਡਟ ਕੇ ਸਾਹਮਣਾ ਕਰਨਾ ਚਾਹੀਦਾ ਹੈ ਉਹ ਸੰਘਰਸ਼ ਨੂੰ ਵੇਖ ਕੇ ਘਬਰਾਉਣਾ ਚਾਹੀਦਾ ਕਿਸੇ ਤਰ੍ਹਾਂ ਵੀ ਕੋਈ ਕਿਸੇ ਵੀ ਅਵਸਥਾ 'ਚ ਪਹੁੰਚ ਗਿਆ ਬਹੁਤ ਅੱਛੀ ਗੱਲ ਤੁਹਾਡੀ ਕਿਸੇ ਵੀ ਅਵਸਥਾ ਦੇ ਵਿੱਚ ਘਬਰਾਓ ਨਾ ਹਾਂਜੀ ਡਟ ਕੇ ਮੁਕਾਬਲਾ ਕਰੋ ਡਟ ਕੇ ਮੁਕਾਬਲਾ ਕਰੋ ਦਾ ਅਤੇ ਜ਼ਰੂਰੀ ਨਹੀਂ ਹੈ ਕਿ ਧੋਖਾ ਬਾਹਰਲੇ ਦੇਣ ਹਾਂਜੀ ਆਪਣੇ ਵੀ ਦੇ ਸਕਦੇ ਨੇ ਅਤੇ ਉਹਨਾਂ ਨਾਲ ਲੜਕੇ ਨਹੀਂ ਸਰੇਗਾ ਉਹਨਾਂ ਨੂੰ ਉਹਨਾਂ ਦੀ ਹਾਲਾਤ ਛੱਡਦੀ ਹੈ ਆਪ ਈਸ਼ਵਰ ਦਾ ਨਾਂ ਲੈ ਕੇ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰੀਏ ਬਹੁਤ ਵਧੀਆ ਸਿੰਘ ਸਾਹਿਬ ਤੁਹਾਡੇ ਨਾਲ ਗੱਲ ਕਰਕੇ ਹੁਣ ਤੁਹਾਡਾ ਭਰਾ ਨਾਲ ਮੇਲ ਨਹੀਂ ਹੋਣਾ ਤੁਸੀਂ ਇੱਥੇ ਆ ਗਏ ਤੁਸੀਂ ਜਾਓਗੇ ਨਹੀਂ ਉਹਨੇ ਇੱਥੋਂ ਤੁਹਾਡੇ ਕੋਲ ਆਉਣਾ ਨਹੀਂ ਹਾਂਜੀ ਸਿਰਫ ਆਹ ਕੈਮਰਾ ਜੋ ਤੁਹਾਡੀ ਆਵਾਜ਼ ਉੱਥੇ ਪਹੁੰਚਾ ਸਕਦਾ ਹੈ ਤੁਸੀਂ ਜੇ ਆਪਣੇ ਵੱਡੇ ਭਰਾ ਵਾਸਤੇ ਕੁਛ ਕਹਿਣਾ ਚਾਹੁੰਦੇ ਹੋ ਨਾ ਸਾਡੇ ਵੱਡੇ ਭਰਾ ਨੇ ਜੋ ਕੀਤਾ ਸਾਡੇ ਨਾਲ ਬਹੁਤ ਜ਼ਿਆਦਾ ਗਲਤ ਕੀਤਾ ਕਿਉਂਕਿ ਅਸੀਂ ਜ਼ਿੰਦਗੀ ਤੋਂ ਮਾਯੂਸ ਹੋ ਗਏ ਮੈਰਿਜ ਅਸੀਂ ਕਰਾਈ ਨਹੀਂ ਸੀਗੀ ਲੇਕਿਨ ਉਹ ਬੰਦੇ ਨੇ ਸਾਡੇ ਵਾਸਤੇ ਕੀ ਸੋਚਿਆ ਜਦੋਂ ਵੀ ਕਿਸੇ ਕਿਸ ਤਰ੍ਹਾਂ ਦੀ ਬੀਤਿਆ ਕੱਲ੍ਹ ਜਦੋਂ ਯਾਦ ਆਉਂਦਾ ਹੈਗਾ ਅਤੇ ਉਸੇ ਤਰ੍ਹਾਂ ਹੀ ਮਹਿਸੂਸ ਹੁੰਦਾ ਵੀ ਸਕੇ ਭਰਾ ਨਹੀਂ ਮਾਰ ਸੁੱਟੇ ਫਿਰ ਵੀ ਚਲੋ ਗਿਲਾ ਨਹੀਂ ਹਾਂਜੀ ਜੋ ਰੱਬ ਦਾ ਭਾਣਾ ਹੈ ਉਹ ਭਗਵਾਨ ਤੋਂ ਸ਼ਿਕਵਾ ਨਹੀਂ ਕੀਤਾ ਜੀ ਸੱਚੇ ਪਾਤਸ਼ਾਹ ਜੋ ਕਰਤਾ ਵਧੀਆ ਕੀਤਾ ਤੂੰ ਸੱਚਾ ਪਾਤਸ਼ਾਹ ਉਹਨੂੰ ਸੁਖੀ ਰੱਖੇ ਖੁਸ਼ ਰੱਖੇ ਆਬਾਦ ਰੱਖੇ